ਦੇਸ਼ ਦਾ ਕਿਸਾਨ ਸੜਕਾਂ ਦੇ ਉੱਪਰ ਬੈਠਿਆ ਹੋਇਆ, ਦੇਸ਼ ਦਾ ਕਿਸਾਨ ਕਹਿੰਦਾ ਕਿ ਜਿਹੜੀਆਂ ਸਾਡੀਆਂ ਫਸਲਾਂ ਨੇ, ਫਸਲਾਂ ਨੂੰ ਤੁਸੀਂ ਕਾਨੂੰਨੀ ਮਾਨਤਾ ਦਿਓ, ਕੇਂਦਰ ਦੀ ਬੀਜੇਪੀ ਸਰਕਾਰ ਸਾਨੂੰ MSP ਨੂੰ ਕਾਨੂੰਨ ਬਣਾ ਕੇ ਦੇਵੇ, ਸਾਨੂੰ ਗਰੰਟੀ ਬਣਾ ਕੇ ਦੇਵੇ। 23 ਫਸਲਾਂ ਦੇ ਉੱਪਰ ਪੰਜਾਬ ਦੇ ਵਿੱਚ MSP ਹੈ ਅਤੇ ਮਿਲਦੀ ਕਿੰਨੀ ਆ, ਤਾਂ ਸਿਰਫ 2 ਫਸਲਾਂ ਦੇ ਉੱਪਰ ਮਿਲਦੀ ਹੈ, ਕਣਕ 'ਤੇ ਮਿਲਦੀ ਹੈ, ਝੋਨੇ 'ਤੇ ਮਿਲਦੀ ਹੈ, 21 ਫਸਲਾਂ ਦੇ ਉੱਪਰ MSP ਨਹੀਂ ਮਿਲਦੀ। ਕਿਸਾਨ ਜਥੇਬੰਦੀਆਂ ਦਾ ਕਿਸਾਨ ਨੂੰ ਕਹਿੰਦੇ ਨੇ ਕਿ ਸਾਨੂੰ ਤੁਸੀਂ ਕਾਨੂੰਨੀ ਗਰੰਟੀ ਬਣਾ ਕੇ ਦਿਓ MSP ਨੂੰ। ਇਸੇ ਗੱਲ ਨੂੰ ਲੈ ਕੇ ਸਰਵਣ ਸਿੰਘ ਭਦੇਰ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਤਮਾਮ ਜਥੇਬੰਦੀਆਂ ਜਿਹੜੀਆਂ ਇਹ ਸੰਗਠਨ ਹੈਗਾ ਉਹ ਦਿੱਲੀ ਚੱਲੇ ਸੀ ਅਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਸੀ ਕਿ ਸਾਡਾ ਇਹ ਸ਼ਾਂਤੀਮਈ ਸਟਰਗਲ ਹੈ, ਪੀਸਫੁਲੀ ਸਾਡਾ ਇਹ ਧਰਨਾ, ਅਸੀਂ ਸ਼ਾਂਤੀਮਈ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਸੀ, ਸਰਕਾਰ ਨੇ ਸਾਨੂੰ ਜਾਣ ਨਹੀਂ ਦਿੱਤਾ, ਅਸੀਂ ਸ਼ਾਂਤੀਮਈ ਤਰੀਕੇ ਦੇ ਨਾਲ ਬਾਰਡਰਾਂ ਦੇ ਉੱਪਰ ਧਰਨੇ ਮਾਰ ਕੇ ਬੈਠ ਗਏ। ਇਹ ਗੱਲ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਅਤੇ ਆਪਾਂ ਨੂੰ ਦਿਖਦੀਆਂ ਵੀ ਨੇ। ਹਾਈਕੋਰਟ ਦੇ ਵਿੱਚ ਸੁਣਵਾਈ ਹੋਈ ਹੈ, ਸਾਰੇ ਅਖਬਾਰਾਂ ਦੀ ਉਹ ਖਬਰ ਸੁਰਖੀ ਬਣੀ ਹੈ ਕਿ ਹਾਈਕੋਰਟ, ਮਾਣਯੋਗ ਹਾਈਕੋਰਟ ਸਖ਼ਤ ਨਜ਼ਰ ਆਈ ਹੈ। ਮਾਣਯੋਗ ਹਾਈਕੋਰਟ ਜਦੋਂ ਕੱਲ੍ਹ ਸੁਣਵਾਈ ਹੋ ਰਹੀ ਸੀ, ਹਰਿਆਣਾ ਪ੍ਰਸ਼ਾਸਨ ਵੱਲੋਂ ਇੱਕ ਐਲਬਮ ਅੱਗੇ ਰੱਖੀ ਜਾਂਦੀ ਹੈ, ਜਿਹੜੀ ਉਸ ਐਲਬਮ ਦੇ ਵਿੱਚ ਫੁਟੇਜ ਹੁੰਦੀ ਹੈ। ਕਿਹਾ ਜਾਂਦਾ ਕਿ ਉਦੋਂ ਸੁਣਵਾਈ ਦੌਰਾਨ ਕੁਛ ਜਿਹੜੀ ਫੁਟੇਜ ਸੀ ਬੀਬੀਆਂ ਦੀ, ਬੱਚਿਆਂ ਦੀ, ਉਹਨਾਂ ਦੇ ਉੱਪਰ ਜਦੋਂ ਨਿਗਾਹ ਗਈ, ਉਹਨੂੰ ਲੈ ਕੇ ਫਿਰ ਹਾਈਕੋਰਟ ਨੇ ਟਿੱਪਣੀਆਂ ਕੀਤੀਆਂ ਨੇ। ਕੀ ਕਿਹਾ ਹਾਈਕੋਰਟ ਨੇ? ਹਾਈਕੋਰਟ ਨੇ ਕਿਹਾ ਕਿ ਤੁਸੀਂ ਬੀਬੀਆਂ ਨੂੰ, ਬੱਚਿਆਂ ਨੂੰ ਢਾਲ ਬਣਾ ਕੇ ਅੱਗੇ ਵਧਣਾ ਚਾਹੁੰਦੇ ਹੋ, ਇਹ ਕਿਹੜਾ ਪੀਸਫੁੱਲ ਸਟਰਗਲ ਹੁੰਦਾ? ਬੰਦੇ ਉੱਥੇ ਹਥਿਆਰ ਲੈ ਕੇ ਪਹੁੰਚ ਰਹੇ ਨੇ, ਤਲਵਾਰਾਂ ਲੈ ਕੇ ਪਹੁੰਚ ਰਹੇ ਨੇ, ਜੇਕਰ ਹੱਥਾਂ ਦੇ ਵਿੱਚ ਹਥਿਆਰ ਨੇ, ਤਲਵਾਰਾਂ ਨੇ, ਤਾਂ ਇਹ ਕਿਹੜਾ ਪੀਸਫੁੱਲ ਸਟਰਗਲ ਹੁੰਦਾ? ਇਹੋ ਜਿਹੇ ਆਗੂਆਂ ਨੂੰ ਤਾਂ ਹਿਰਾਸਤ ਦੇ ਵਿੱਚ ਲੈ ਕੇ ਚੇਨਈ ਭੇਜ ਦੇਣਾ ਚਾਹੀਦਾ ਹੈ, ਯਾਨੀ ਕਿ ਗ੍ਰਿਫਤਾਰ ਕਰਕੇ ਇਹੋ ਜਿਹੇ ਆਗੂਆਂ ਨੂੰ ਚੇਨਈ ਭੇਜ ਦੇਣਾ ਚਾਹੀਦਾ ਹੈ। ਇਹ ਮਾਣਯੋਗ ਹਾਈਕੋਰਟ ਦਾ ਕਹਿਣਾ ਹੈ ਅਤੇ ਸ਼ੁਭਕਰਨ ਨੂੰ ਦੀ ਮੌਤ ਨੂੰ ਲੈ ਕੇ ਜਿਹੜੀ ਕਮੇਟੀ ਸਿੱਟ ਬਣਾਉਣ ਦੀ ਗੱਲ ਚੱਲੀ ਆ, ਉਹ ਵੀ ਸਾਰੀ ਗੱਲਬਾਤ ਨਿਕਲ ਕੇ ਆ ਗਈ। ਪਰ ਇਹ ਗੱਲ ਦੇਖੋ ਕਿ ਮਾਣਯੋਗ ਹਾਈਕੋਰਟ ਬੜੇ ਸਖ਼ਤ ਹੈ ਅਤੇ ਨਜ਼ਰ ਆਏ ਨੇ ਕਿ ਤੁਸੀਂ ਬੱਚਿਆਂ ਨੂੰ ਢਾਲ ਬਣਾਉਣਾ ਚਾਹੁੰਦੇ ਹੋ, ਢਾਲ ਬਣਾ ਕੇ ਬੱਚਿਆਂ ਨੂੰ ਫਿਰ ਤੁਸੀਂ ਲੜਨਾ ਚਾਹੁੰਦੇ ਹੋ। ਤੁਸੀਂ ਕਹਿੰਦੇ ਹੋ ਕਿ ਸਾਡਾ ਜਿਹੜਾ ਸਟਰਗਲ ਹੈ, ਇਹ ਸਟਰਗਲ ਸਾਡਾ ਪੀਸਫੁੱਲੀ ਹੈ, ਪਰ ਤੁਹਾਡੇ ਬੰਦਿਆਂ ਦੇ ਹੱਥਾਂ ਦੇ ਵਿੱਚ ਹਥਿਆਰ ਨੇ, ਤਲਵਾਰਾਂ ਨੇ ਤੁਹਾਡੇ ਹੱਥਾਂ ਦੇ ਵਿੱਚ, ਇਹੋ ਜਿਹੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਚੇਨਈ ਭੇਜ ਦੇਣਾ ਚਾਹੀਦਾ ਹੈ। ਦੂਜੇ ਪਾਸੇ ਕਿਸਾਨ ਕਹਿੰਦੇ ਨੇ ਕਿ ਜਿਹੜੀ ਵਾਇਲੈਂਸ ਹੋਈ ਹੈ, ਜਿਵੇਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਵੱਲੋਂ ਵੀ ਇਸ ਜਿਹੜੀ ਪੂਰਾ ਇਹ ਘਟਨਾਕ੍ਰਮ ਵਾਪਰਿਆ, ਇਹਨਾਂ ਨੂੰ ਲੈ ਕੇ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਕਿ ਇਹਦੀ ਇੱਕ ਜਾਂਚ ਹੋਵੇ, ਇਹਦੀ ਇੱਕ ਜਾਂਚ ਹੋਵੇ। ਜੋ ਕੁਛ ਵੀ ਵਾਪਰਿਆ, ਭਾਵੇਂ ਕਿਸੇ ਦੀ ਅੱਖ ਚਲੀ ਗਈ ਨੌਜਵਾਨ ਦੀ, ਕਿਸੇ ਦੀ ਜਾਨ ਚਲੀ ਗਈ, ਕਿੰਨੇ ਨੌਜਵਾਨ ਫੱਟੜ ਹੋ ਗਏ, ਜਾਂ ਪ੍ਰਸ਼ਾਸਨ ਹਰਿਆਣਾ ਕਹਿੰਦਾ ਕਿ ਸਾਡੀ ਹਰਿਆਣਾ ਪੁਲਿਸ ਜ਼ਖਮੀ ਹੋ ਗਈ, ਇਹ ਸਾਰੇ ਇਸ ਦੀ ਜਾਂਚ ਹੋਵੇ ਕਿ ਇਹ ਹੋਇਆ ਕਿਵੇਂ ਅਤੇ ਕਿਸੇ ਨੇ ਸਭ ਕੁਛ ਆਹ ਕੀਤਾ। ਤਾਂ ਇਹੀ ਗੱਲ ਕਿਸਾਨ ਕਹਿੰਦੇ ਨੇ ਕਿ ਇਸਦਾ ਸਟਰਗਲ ਸਾਡੀ ਪੀਸਫੁੱਲ ਹੈ, ਧਰਨੇ ਸਾਡੇ ਪੀਸਫੁੱਲ ਹੀ ਨੇ, ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਹੈਗਾ ਹਿੰਸਕ ਵਰਤਾਰਾ ਨਹੀਂ ਹੈਗਾ, ਵਾਇਲੈਂਸ ਜਮਾ ਨਹੀਂ ਹੈਗੀ।